ਆ ਦੇਖ ਲਓ ਬਾਈ ਕੈਨੇਡਾ ਦੇ ਹਾਲ, ਜਿਵੇਂ ਇੰਡੀਆ ਸੂਏ ਨਾਲ ਬਰਫ ਭੰਨਦੇ ਸੀ ਨਾ ਉਵੇਂ ਆ ਗੱਡੀ ਬਰਫ 'ਚ ਮੜੀ ਪਈ ਆ। ਗਰਮ ਪਾਣੀ ਦੀਆਂ ਚਾਰ ਬੋਤਲਾਂ ਪਾ ਤੀਆਂ, ਬਰਫ ਬਰਫ ਨੂੰ ਜਮ੍ਹਾਂ ਕੌਣ ਨਹੀਂ ਹੋਇਆ। ਹਾਂ ਦੇਖ ਲਓ ਹਾਰ ਕੇ ਆ ਲਿਆਂਦਾ ਸੂਆ ਜਿਹਾ, ਸਨੋਹ ਸਨਾਫ ਸਾਫ਼ ਕਰਨ ਵਾਲਾ ਜਗਾੜ ਤਾਂ ਬਰਸ਼ ਬਰਸ਼ ਦੇ ਤਾਂ ਚੱਲਦੇ ਹੀ ਨਹੀਂ। ਤਾਂ ਕੱਚੀ ਆ, ਪੈਰ ਹੀ ਨਹੀਂ ਲੱਗਦਾ ਇੱਥੇ ਥੱਲੇ। ਝਰੀਟਾਂ ਵੀ ਪੈ ਜਾਣੀਆਂ ਗੱਡੀ 'ਤੇ ਵਾਧੂ, ਪਰ ਹੁਣ ਕੀ ਕਰੀਏ ਕਰਨਾ ਹੀ ਪੈਣਾ, ਇਹੀ ਕਨੇਡਾ। ਡੈਗਦੇ ਨਾ ਖਲੇਪੜ, ਜਿਵੇਂ ਕੰਧ ਤੋਂ ਖਲੇਪੜ ਡੈਗਦਾ ਹੁੰਦਾ। ਆਹ ਦੇਖੋ ਆ ਗਿਆ ਖਲੇਪੜ ਵੱਡਾ, ਉਹ ਤੱਕ ਗਿਆ ਉਹ ਜਿਹੜੀ ਜੀ ਵਿੱਚੋਂ ਖਿਲਰ ਕੇ, ਉਹ ਪੈਰ ਹੀ ਨਹੀਂ ਲੱਗਦੇ ਉਹ ਵੇਖ ਜਾਂਦੀ। ਇਹ ਤਾਂ ਉਹਦੇ ਕਹਿਣ ਥੌੜੀਆਂ ਛੈਣੀਆਂ ਨਾਲ ਤੋੜਨ ਵਾਲੀ ਆ, ਇੰਨੀ ਠੰਡ ਆ ਗੱਲ ਵੀ ਨਹੀਂ ਆਉਂਦੀ। ਲੇਕਿਨ ਆਹ ਹਾਲ ਨਹੀਂ ਵੇਖਿਆ ਸੀ, ਸਨੋਹ ਤਾਂ ਬਥੇਰੀ ਪਈ ਅੱਗੇ ਵੀ, ਪਰ ਕਦੇ ਐਂ ਨਹੀਂ ਵੇਖਿਆ ਸੀ ਕੰਮ। ਉਲਟੀ ਭੈਣ ਝਰੀਟਾਂ ਪਾ ਤੀਆਂ ਇੰਡੀਆ, ਕਹਿੰਦੇ ਕਿਸੇ ਨੇ ਜਵਾਕ ਮਾਰਤਾ ਸੀ, ਕਹਿੰਦੇ ਕਿਸੇ ਝਰੀਟ ਪਾ ਤੀ। ਇੱਧਰ ਆਪਦੀ ਕਾਰ 'ਤੇ ਆਪ ਹੀ ਝਰੀਟਾਂ ਪਾਈ ਜਾਂਦਾ ਬੰਦਾ, ਨਾਲੇ ਕਾਰ ਵੀ ਐਂ ਨਹੀਂ ਹੈਗਾ ਵੀ ਕੋਈ ਆਲਟੋ ਹੋਊਗੀ ਮਰੂਤੀ ਆ, ਇਹ ਤਾਂ ਹੁਣ ਬਿੱਲੇ ਵੀ ਘਾਹ ਕੇ ਇਹਦੇ ਆ ਟੈ ਲੋਗੋ ਲਾਗੋ ਜੇ ਵੀ ਨਹੀਂ ਲੱਭਦੇ ਹੁਣ ਤਾਂ। ਆਹ ਦੇਖਦੇ ਹਾਂ ਸ਼ੀਸ਼ਿਆਂ ਤੋਂ ਕੀ ਬਣਦਾ ਗੱਲਬਾਤ, ਇੰਨੇ ਬੁਰੇ ਹਾਲ ਤਾਂ ਨਹੀਂ ਦੇਖੇ ਬਾਈ ਕਦੇ ਵੀ, ਪੈਰ ਹੀ ਨਹੀਂ ਖੜਦਾ ਕਿਤੇ, ਜਮਾਂ ਨਹੀਂ ਪੈਰ ਖੜਦਾ। ਇੱਕ ਵਾਰੀ ਖੁੱਲ ਗਈ ਤਾਂ ਗੱਡੀ ਸਟਾਰਟ ਕਰਕੇ ਹੀਟ ਚਲਾ ਦੇਣੀ ਹੈ, ਫਿਰ ਥੋੜ੍ਹੀ ਬਹੁਤ ਘੰਟਾ ਦੋ ਘੰਟੇ ਸਟਾਰਟ ਹੀ ਰਹਿਣ ਦਿਆਂਗੇ, ਫਿਰ ਤਾਂ ਬਣ ਜੂ ਗੱਲ, ਨਹੀਂ ਤਾਂ ਫਿਰ ਐਂ ਰਹੂ। ਇਹ ਸਾਰੀ ਰਾਤ ਹੋ ਗਈ ਮੀਂਹ ਪੈਂਦੇ ਨੂੰ, ਸਾਰਾ ਮੀਂਹ ਜੰਮ ਹੀ ਗਿਆ, ਬਰਫ ਹੀ ਬਣ ਗਿਆ। ਸਾਨੂੰ ਤਾਂ ਐਂ ਸੀਗਾ ਵੀ ਆਹ ਵੀ ਇੱਥੋਂ ਤਾਂ ਲੈਂਦੀ ਆ, ਇੱਥੇ ਪਾਣੀ ਪਾਇਆ ਸੀ ਗਰਮ। ਹਾਂ ਜੀ ਅੰਤਰ ਕੰਮ ਕਰੂਗਾ,
ਪਾਣੀ ਲਿਆਈਏ ਹੋਰ ਗਰਮ ਪਾਣੀ ਦਾ ਪਾ ਕੇ।